ਸਿਸਟਮ ਦੇ ਖਿਲਾਫ ਲੜਾਈ ਲੜਨਾ ਹਰ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ। ਕਈ ਵਾਰ ਅਸੀਂ ਸਮਾਜ ਦੇ ਵਿੱਚ ਐਸੀਆਂ ਲਾਅ ਦੇ ਤਹਿਤ ਚੀਜ਼ਾਂ ਦੇ ਤਹਿਤ ਬੰਨੇ ਜਾਂਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਚੁੱਪ ਵੱਟ ਜਾਂਦੇ ਹਾਂ ਜਾਂ ਫਿਰ ਸੋਚਦੇ ਹਾਂ ਕਿ ਛੱਡੋ ਕੀ ਲੈਣਾ ਦੇਣਾ। ਪਰ ਕੁਝ ਲੋਕ ਉਹਦੇ ਖਿਲਾਫ ਲੜਾਈ ਲੜਦੇ ਨੇ। ਸਵਾਲ ਇੱਜ਼ਤ ਦਾ ਹੁੰਦਾ, ਸਵਾਲ ਜਿਹੜਾ ਉਹ ਵਕਾਰਾਂ ਦਾ ਹੁੰਦਾ, ਸਵਾਲ ਆਪਣੇ ਸਿਧਾਂਤਾਂ ਦਾ ਹੁੰਦਾ। ਸਾਡੇ ਨਾਲ ਇਸ ਵੇਲੇ ਹਰਪ੍ਰੀਤ ਮਹਿਮੀ ਸਾਹਿਬ ਨੇ, ਜਲਾਲਾਬਾਦ ਦੇ ਰਹਿਣ ਵਾਲੇ, ਔਰ ਬੜੀ ਇੰਟਰਸਟਿੰਗ ਇਹਨਾਂ ਦੀ ਗੱਲ ਹੈ ਕਿ ਮਹਿਜ਼ 6500 ਰੁਪਏ ਦਾ ਮੋਬਾਈਲ ਇਹਨਾਂ ਦਾ ਚੋਰੀ ਹੋਇਆ ਔਰ ਤਕਰੀਬਨ 3.5 ਸਾਲਾਂ ਤੋਂ ਇਹ ਲੜਾਈ ਲੜ ਰਹੇ ਆ। 3.5 ਲੱਖ ਰੁਪਏ ਤੋਂ ਵੱਧ ਇਹਨਾਂ ਨੇ ਖਰਚਾ ਕਰ ਦਿੱਤਾ ਹੈ। ਮੋਬਾਈਲ ਵਾਪਸ ਮਿਲਿਆ, ਜੋ ਇਹਦੇ ਵਿੱਚ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾਂ ਵੀ ਹੋਈਆਂ ਨੇ। ਪਰ ਇੰਟਰਸਟਿੰਗ ਗੱਲ ਹੈ, ਕਿਉਂ ਐਸਾ ਕੀਤਾ ਪੁੱਛਦੇ ਹਾਂ। ਮਹਿਮੀ ਸਾਹਿਬ, ਹੋਇਆ ਕੀ ਹੈ, ਥੋੜ੍ਹਾ ਸਾਨੂੰ ਵਿਸਥਾਰ ਦੇ ਵਿੱਚ ਦੱਸੋ। ਸਭ ਤੋਂ ਪਹਿਲਾਂ ਮੱਕੜ ਸਾਹਿਬ, ਮੈਂ ਧੰਨਵਾਦ ਕਰਾਂਗਾ ਤੁਹਾਡਾ ਔਰ ਡੇਲੀ ਪੋਸਟ ਦਾ, ਜਿਨ੍ਹਾਂ ਨੇ ਇੱਕ ਆਮ ਆਦਮੀ ਦੀ ਜਿਹੜੀ ਸੰਘਰਸ਼ ਦੀ ਦਾਸਤਾ ਲੋਕਾਂ ਸਾਹਮਣੇ ਲਿਆਉਂਦਾ। ਉਹ ਲੋਕਾਂ ਨੂੰ ਦੱਸਣ ਜਾ ਰਿਹਾ ਵੀ ਇਹ ਸਾਡੇ ਸਿਸਟਮ 'ਚ ਕਿਸ ਤਰੀਕੇ ਨਾਲ ਉਣਤਾਈਆਂ, ਜਿਹਦੇ ਕਰਕੇ ਬੰਦੇ ਨੂੰ ਸੰਘਰਸ਼ ਕਰਨ ਵਾਸਤੇ ਇੰਨੇ ਪੈਸੇ ਔਰ ਇੰਨੇ ਸਮੇਂ ਦੀ ਖਰਾਬੀ ਕਰਨੀ ਪੈਂਦੀ ਹੈ। ਕੀ ਹੋਇਆ ਕੀ ਤੁਹਾਡੇ ਨਾਲ, ਵਿਸਥਾਰ 'ਚ ਸਾਨੂੰ ਦੱਸੋ ਕਿ ਕੀ ਮੈਟਰ ਸੀਗਾ, ਮਾਮਲਾ ਕਦੋਂ ਦਾ ਹੈ ਅਤੇ ਤੁਹਾਡਾ ਮੋਬਾਈਲ ਚੋਰੀ ਕਦੋਂ ਹੋਇਆ ਸੀ? ਸਰ 2015 ਦੀ ਗੱਲ ਹੈ, 19-10-2015 ਨੂੰ ਮੇਰੇ ਆਫਿਸ 'ਚ ਮੇਰਾ ਮੋਬਾਈਲ ਚੋਰੀ ਹੋ ਜਾਂਦਾ, ਜਿਹਦਾ ਸ਼ਾਮ ਨੂੰ ਮੈਨੂੰ ਜਿਹਦੀ 'ਤੇ ਮੈਂ ਲਾਸਟ ਜਿਹੜੀ ਕਾਲ ਹੈ 3:30 ਵਜੇ 'ਤੇ ਆਈਡੀਆ ਕੰਪਨੀ ਦੀ ਆਉਂਦੀ ਹੈ, ਮੈਂ ਉਹ ਰਿਸੀਵ ਕਰਦਾ। ਰਿਸੀਵ ਕਰਨ ਤੋਂ ਬਾਅਦ ਮੈਂ ਆਪਣੇ ਟੇਬਲ 'ਤੇ ਰੱਖ ਦਿੰਦਾ। ਉਸ ਤੋਂ ਬਾਅਦ ਜਦੋਂ 5 ਵਜੇ ਮੈਂ ਆਪਣੇ ਆਫਿਸ ਤੋਂ ਨਿਕਲਣ ਲੱਗਦਾ, ਉਦੋਂ ਕੀ ਦੇਖਦਾ ਵੀ ਮੇਰਾ ਮੋਬਾਈਲ ਨਹੀਂ ਹੋਇਆ। ਉਸ ਟਾਈਮ ਮੈਨੂੰ ਇਹ ਇਲਮ ਹੁੰਦਾ ਵੀ ਮੇਰਾ ਮੋਬਾਈਲ ਚੋਰੀ ਹੋ ਗਿਆ। ਆਂਢ ਗੁਆਂਢ ਮੈਂ ਪੁੱਛਦਾ, ਨਹੀਂ ਪਤਾ ਲੱਗਦਾ। ਅਗਲੇ ਦਿਨ ਫਿਰ ਮੈਂ ਸੱਜੇ ਖੱਬੇ ਪਤਾ ਕਰਨ ਦੀ ਕੋਸ਼ਿਸ਼ ਕਰਦਾ, ਪਰ ਨਹੀਂ ਪਤਾ ਲੱਗਦਾ। ਉਹ ਫਿਰ ਮੈਨੂੰ ਇਹ ਪੱਕਾ ਯਕੀਨ ਹੋ ਗਿਆ ਵੀ ਮੇਰਾ ਮੋਬਾਈਲ ਚੋਰੀ ਹੋ ਗਿਆ, ਜਿਹਦੀ ਮੈਂ ਰਿਟਰਨ ਕੰਪਲੇਂਟ ਬਾਏ ਪੋਸਟ ਭੇਜਦਾ, ਜਿਹੜੀ ਥਾਣਾ ਸਿਟੀ ਵਿੱਚ 21-10-2015 ਨੂੰ ਪਹੁੰਚਦੀ। ਉੱਥੋਂ ਦਾ ਮੁੱਖ ਮੁਨਸ਼ੀ ਉਸ ਨੂੰ ਰਿਸੀਵ ਕਰਦਾ ਹੈਗਾ, ਉਹ ਮੇਰੀ ਜਿਹੜੀ ਬਾਏ ਪੋਸਟ ਭੇਜੀ ਹੋਈ ਜਿਹੜੀ ਹੈ ਕੰਪਲੇਂਟ ਉਹਨੂੰ। ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਸਰ ਕੀ, ਮੈਂ 23 ਤਰੀਕ ਨੂੰ 2 ਦਿਨਾਂ ਬਾਅਦ ਮੈਂ ਥਾਣੇ 'ਚ ਜਾਂਦਾ। ਥਾਣੇ 'ਚ ਜਾ ਕੇ ਮੈਂ ਉੱਥੇ ਜਾ ਕੇ SH ਨੂੰ ਮਿਲਦਾ। SH ਨੂੰ ਕਹਿੰਦਾ, ਮੈਂ SH ਸਾਹਿਬ, ਮੇਰਾ ਜਿਹੜਾ ਮੋਬਾਈਲ ਚੋਰੀ ਹੋ ਗਿਆ ਅਤੇ ਮੈਨੂੰ ਉਹਦੀ ਜਿਹੜੀ ਹੈ ਜਿਹੜੀ ਚੋਰੀ ਦੀ ਰਿਪੋਰਟ ਦਿਓ, ਮੈਨੂੰ ਚਾਹੀਦੀ ਹੈ। SH ਦਾ ਜਵਾਬ ਹੈ ਵੀ ਚੋਰੀ ਦੀ ਕੀ ਕਰਨੀ, ਤੈਨੂੰ ਮੈਂ ਜਿਹੜੀ ਗੁੰਮਸ਼ੁਦਗੀ ਬਣਾ ਦੇਣਾ, ਤੂੰ ਜਾ ਕੇ ਆਪਣੇ SIM ਕਢਵਾ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਸਰ ਮੇਰਾ ਮੋਬਾਈਲ ਜਿਹੜਾ ਗੁੰਮ ਨਹੀਂ ਹੋਇਆ, ਇਹ ਚੋਰੀ ਹੋਇਆ, ਇਸ ਕਰਕੇ ਮੈਨੂੰ ਚੋਰੀ ਚਾਹੀਦੀ। SH ਨੇ ਅਜੀਬ ਕਿਸਮ ਦਾ ਜਵਾਬ ਦਿੱਤਾ, ਜਿਹਨੂੰ ਦੇਖ ਕੇ ਜਾਂ ਸੁਣ ਕੇ ਮੈਨੂੰ ਬੜੇ ਹੈਰਾਨੀ ਹੋਈ ਹੈ। ਉਹ ਕਹਿੰਦਾ ਜੇ ਇਸੇ ਤਰ੍ਹਾਂ, ਕਹਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੋਬਾਈਲ 10 ਚੋਰੀ ਹੁੰਦਾ, ਜੇ ਇਸੇ ਤਰ੍ਹਾਂ ਪੁਲਿਸ ਚੋਰੀ ਦੀ ਰਿਪੋਰਟਾਂ ਦਰਜ ਕਰ ਲੈਣ ਤਾਂ ਪੁਲਿਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੇ ਮੋਬਾਈਲ ਹੀ ਲੱਭੂਗੀ, ਅਤੇ ਪੁਲਿਸ ਕੋਲ ਹੋਰ ਕੰਮ ਨਹੀਂ। ਜਿਹੜੇ SH ਦੀ ਇਸ ਗੱਲ ਨੇ ਜਿਹੜਾ ਹੈ ਨਾ, ਮੇਰੇ ਮੈਨੂੰ 'ਚ ਜੋੜ ਕੇ ਰੱਖ ਦਿੱਤਾ ਵੀ ਜਿਹੜੀ ਪੁਲਿਸ FIR ਦਰਜ ਹੋਈ ਨਹੀਂ, ਬਿਲਕੁਲ ਨਹੀਂ ਸਰ। ਜਿਹੜੇ SH ਦੇ ਇਸ ਰਵੱਈਏ ਦੇ ਪ੍ਰਤੀ 23 ਤਰੀਕ ਨੂੰ ਜਦੋਂ SH ਜਵਾਬ ਦਿੰਦਾ, 26 ਤਰੀਕ ਸੋਮਵਾਰ, 24 ਦਾ ਸ਼ਨੀਵਾਰ, 25 ਦਾ ਐਤਵਾਰ ਅਤੇ 26 ਨੂੰ ਮੈਂ ਸੋਮਵਾਰ ਮਾਨਯੋਗ ਅਦਾਲਤ SD ਦੀ ਗੱਲ ਹੈ ਸਰ, ਇਹ 2015 ਦੀ ਗੱਲ ਹੈ, ਮਾਨਯੋਗ ਅਦਾਲਤ SDGM ਸ਼੍ਰੀ ਕਪਿਲ ਦੇਵ ਸਿੰਗਲਾ, ਸਬ ਜੁਡੀਸ਼ਲ ਮੈਜਿਸਟਰੇਟ ਉਹਨਾਂ ਦੀ ਅਦਾਲਤ ਵਿੱਚ ਜਿਹੜੀ ਹੈ, ਮੈਂ ਇੱਕ ਐਪਲੀਕੇਸ਼ਨ ਮੂਵ ਕਰਦਾ। ਉਹ 'ਚ ਜੱਜ ਸਾਹਿਬ ਡਾਇਰੈਕਸ਼ਨਸ ਕਰਦੇ SH ਨੂੰ, ਉਹੀ ਐਪਲੀਕੇਸ਼ਨ ਜਿਹੜੀ ਮੇਰੀ ਮੂਵ ਕੀਤੀ ਮੂਲ ਰੂਪ 'ਚ ਉਹੀ ਫਾਰਵਰਡ ਕਰਦੇ। SH ਨੂੰ ਇਹ ਕਹਿੰਦੇ ਆ ਵੀ ਇਹ ਜਿਹੜੀ ਐਪਲੀਕੇਸ਼ਨ 'ਤੇ ਯੋਗ ਕਾਰਵਾਈ ਕੀਤੀ ਜਾਵੇ। ਉਹ 'ਤੇ ਕੀ ਹੁੰਦਾ, ਜਦੋਂ ਇਹ ਦਰਖਾਸਤ ਪਹੁੰਚਦੀ ਹੈ ਥਾਣੇ 'ਚ 26 ਨੂੰ ਹੈ ਅਤੇ 27 ਤਰੀਕ ਨੂੰ ਜਿਹੜਾ SH ਅੱਗੇ ਪੁੱਟ ਅਪ ਮੁਨਸ਼ੀ ਵੱਲੋਂ ਕੀਤੀ ਜਾਂਦੀ ਹੈ। ਜਦੋਂ ਉਹ ਐਪਲੀਕੇਸ਼ਨ ਪੁੱਟ ਅਪ ਹੁੰਦੀ ਹੈ ਅਦਾਲਤ ਵੱਲੋਂ, ਤਾਂ SH ਇਸ ਗੱਲ 'ਤੇ ਆਪਣੀ ਹੱਦ ਤੱਕ ਮਹਿਸੂਸ ਕਰਦਾ ਵੀ ਜਿਸ ਬੰਦੇ ਨੂੰ ਮੈਂ ਇਨਕਾਰੀ ਕੀਤੀ ਹੈ, ਵੀ ਜਿਹੜੇ ਬੰਦੇ ਨੂੰ ਮੈਂ ਕਿਹਾ ਸੀ ਵੀ ਮੈਂ ਤਾਂ ਤੇਰੀ ਦਰਜੀ ਨਹੀਂ ਕਰਨੀ, ਅਤੇ ਅੱਜ ਉਹ ਕੋਰਟ ਦੀ ਇੰਡਕਸ਼ਨ ਆ, ਉਹ ਉਹਦੀ ਉਹ ਹੇਠੀ ਪਕਾਉਣ ਦੀ ਖਾਤਰ 27 ਤਰੀਕ ਨੂੰ ਉਹਦੇ ਉੱਤੇ ਨੋਟ ਕਰਦਾ, ਤਫਸ਼ੀਸ਼ੀ ਅਫਸਰ ਇੱਕ ਨਿਯੁਕਤ ਕਰ ਦਿੰਦਾ, ਉਹਨੂੰ ਕਹਿੰਦਾ ਵੀ ਤੂੰ ਇਹ ਤਾਂ ਪੜਤਾਲ ਕਰ।
ਤਫਤੀਸ਼ੀ ਅਫਸਰ ਉਹਦੇ ਪੜਤਾਲ ਕਰ ਦਿੰਦਾ, ਜਿਵੇਂ SHO ਸ਼ੁਰੂ ਤੋਂ ਉਹਦੇ ਮਨ 'ਚ ਸੀਗਾ ਮੈਂ ਕਰਨਾ ਨਹੀਂ, ਉਹੀ ਕੁਛ ਹੀ ਕਰਦਾ। ਉਹ ਆਪਣੀ ਪੜਤਾਲ ਰਿਪੋਰਟ 'ਚ ਕੀ ਲਿਖਦਾ, ਕਹਿੰਦਾ ਮੈਂ ਇਹਦੀ ਪੜਤਾਲ ਕੀਤੀ, ਪੜਤਾਲ ਦੇ ਦਰਮਿਆਨ ਜਿਹੜਾ ਮੋਬਾਈਲ ਚੋਰੀ ਨਹੀਂ ਗੁੰਮ ਹੋਇਆ, ਇਸ ਕਰਕੇ ਇਹਦੀ FIR ਹੀ ਨਹੀਂ ਬਣਦੀ। ਤੁਸੀਂ ਥੋੜ੍ਹਾ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੇ ਆਪਾਂ ਵੀ ਜਿਹੜਾ ਕੁਛ SHO ਚਾਹੁੰਦਾ ਸੀ, ਜੇ ਦੂਜੀ ਤਰ੍ਹਾਂ ਇਹ ਕਹਿ ਲਓ ਜੋ ਕੁਛ ਪੁਲਿਸ ਆਪਣੀ ਮਰਜ਼ੀ ਨਾਲ ਚਾਹੁੰਦੀ ਸੀ ਉਹੀ ਕੁਛ ਹੀ ਕਰ ਰਹੀ ਸੀ। ਸਰ ਮੈਂ ਇੱਕ ਆਰਟੀ ਐਕਟਿਵਿਸਟ ਹਾਂ, ਮੈਂ ਆਰਟੀ ਤਹਿਤ ਇੱਕ ਐਪਲੀਕੇਸ਼ਨ ਮੂਵ ਕੀਤੀ। ਮੂਵ ਕਰਨ ਤੋਂ ਬਾਅਦ ਮੈਨੂੰ ਜਿਹੜੀ ਰਿਪੋਰਟ ਮਿਲੀ ਉਹ ਰਿਪੋਰਟ ਨੂੰ ਜਦੋਂ ਮੈਂ ਪੜ੍ਹਿਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ 'ਚ ਕੀ ਹੈ, 21 ਤਰੀਕ ਨੂੰ ਮੇਰੀ ਦਰਖਾਸਤ ਥਾਣੇ ਜਾਂਦੀ ਹੈ, 23 ਨੂੰ ਮੈਂ SHO ਨੂੰ ਮਿਲਦਾ, SHO ਇਨਕਾਰੀ ਕਰ ਦਿੰਦਾ ਔਰ 26 ਨੂੰ ਮੈਂ ਅਦਾਲਤ 'ਚ ਚੱਲ ਜਾਂਦਾ। ਇਹ ਸਾਰੀਆਂ ਚੀਜ਼ਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ 19 ਤਰੀਕ ਨੂੰ ਰਿਪੋਰਟ ਬਣਾ ਦਿੱਤੀ ਵੀ ਅਸੀਂ ਪੜਤਾਲ ਰਿਪੋਰਟ ਉਹਨੇ। ਇੱਥੇ ਦੇਖੋ ਇੱਕ ਪੜਤਾਲ ਰਿਪੋਰਟ ਜਿਹੜੀ ਬਣਾਈ ਗਈ ਉਹ ਕਿਹਦੇ ਵੱਲੋਂ ਬਣਾਈ ਗਈ? ਉਹ ਤਫਤੀਸ਼ੀ ਵੱਲੋਂ ਬਣਾਈ ਗਈ, IO ਵੱਲੋਂ ਬਣਾਈ ਗਈ, ਔਰ ਉਹ IO ਨੇ ਉੱਤੇ ਤਰੀਕ 19 ਤਰੀਕ ਪਾਈ ਹੈ ਕਿ 19 ਤਰੀਕ ਨੂੰ ਅਸੀਂ ਪੜਤਾਲ ਕੀਤੀ, ਪਰ ਤੁਸੀਂ ਐਪਲੀਕੇਸ਼ਨ ਦਿੱਤੀ ਹੈ 23 ਤਰੀਕ ਨੂੰ। ਨਹੀਂ ਸਰ, ਮੈਂ 21 ਨੂੰ ਦਰਖਾਸਤ 21 ਨੂੰ ਦਿੱਤੀ, 21 ਨੂੰ ਮੇਰੀ ਜਿਹੜੀ ਸਰ ਮੈਂ ਜੋ ਗੱਲ ਕਹੂੰਗਾ ਤੱਥਾਂ ਦੇ ਆਧਾਰ 'ਤੇ ਕਹੂੰਗਾ, ਜਿਹੜੀ 21 ਤਰੀਕ ਦੀ ਜਿਹੜੀ ਹੈ ਬਾਈਪੋਸਟ ਗਈ ਉਹ ਜਿਹੜੇ ਬੰਦੇ ਨੇ ਉੱਥੋਂ ਦੇ ਮੁੱਖ ਮੁਨਸ਼ੀ ਨੇ ਜਿਹਨੇ ਰਿਸੀਵ ਕੀਤੀ ਆਰਟੀ ਤਹਿਤ, ਮੇਰੇ ਕੋਲੋਂ ਉਹ ਵੀ ਇਨਫੋਰਮੇਸ਼ਨ ਲਈ ਵੀ ਕਿਹੜੇ ਬੰਦੇ ਨੇ ਰਿਸੀਵ ਕੀਤੀ। ਮੈਂ ਇੱਕ ਵੀ ਕੰਮ ਮੈਂ ਕੱਚਾ ਜਾਂ ਜੋ ਅੱਜ ਵੀ ਮੈਂ ਗੱਲ ਕਹੂੰਗਾ ਕੋਈ ਵੀ ਤੱਥਾਂ ਤੋਂ ਬਾਹਰ ਹੋ ਕੇ ਨਹੀਂ ਕਰਾਂਗਾ, ਕਿਉਂ ਡੇਲੀ ਪੋਸਟ ਦੀ ਇੱਕ ਵਧੀਆ ਇਮੇਜ ਹੈ, ਇਹਨੂੰ ਬਹੁਤ ਸਾਰੇ ਦਰਸ਼ਕ ਬਹੁਤ ਸਾਰੇ ਵਿਊਵਰ ਹੈ, ਇਹਨਾਂ ਨੇ ਦੇਖਣਾ। ਤਾਂ ਉਹ ਜਿਹੜਾ IO ਹੈ ਉਹਨੇ ਇਹ ਨਹੀਂ ਦੇਖੀ ਵੀ 21 ਤਰੀਕ ਨੂੰ ਦਰਖਾਸਤ ਆਈ, ਉਹਨੇ ਇਹ ਨਹੀਂ ਦੇਖਿਆ ਵੀ ਇਹ ਬੰਦਾ 26 ਨੂੰ ਗਿਆ, ਉਸ ਬੰਦੇ ਨੇ ਇਹ ਨਹੀਂ ਦੇਖਿਆ ਗਾ ਵੀ 27 ਤਰੀਕ ਨੂੰ ਉਹਦੇ ਨਾਂ 'ਤੇ ਜਿਹੜਾ SHO ਉਹੀ ਜਿਹੜੀ ਅਦਾਲਤ ਵਾਲੀ ਐਪਲੀਕੇਸ਼ਨ ਹੈ 27 ਤਰੀਕ ਨੂੰ ਉਹਦੇ ਨਾਂ 'ਤੇ IO ਨਿਯੁਕਤ ਹੁੰਦਾ, ਉਹ ਬੰਦਾ 19 ਨੂੰ ਕਰ ਰਿਹਾ। ਮਤਲਬ ਸਾਡਾ ਉਸੇ ਤਰ੍ਹਾਂ ਹੀ ਉਹ ਜੋ ਹੈ, ਜਦੋਂ ਮੈਂ ਦੇਖਿਆ ਵੀ ਇੱਥੇ ਤਾਂ ਗਲਤ ਹੈ, ਜੋ ਪੁਲਿਸ ਚਾਹੁੰਦੀ ਹੈ ਵੀ ਇਹ ਤਾਂ ਉਹੀ ਕੁਛ ਕਰ ਰਹੀ, ਮੈਂ ਇਸ ਪੁਲਿਸ ਦੇ ਵਤੀਰੇ ਨੂੰ ਲੈ ਕੇ ਮਾਨਯੋਗ ਹਾਈਕੋਰਟ 'ਚ ਜਾਣਾ। ਹਾਈਕੋਰਟ 'ਚ ਜਾ ਕੇ ਮੈਂ ਇੱਕ ਰਿਟ ਪਟੀਸ਼ਨ ਦਾਇਰ ਕਰਦਾ, ਉਹ 'ਚ ਮੈਂ ਸਾਰੀ ਗੱਲ ਦੱਸਦਾ ਹੈਗਾ ਵੀ ਜਿਹੜੀ ਹੈ ਵੀ ਥਰਡੀ ਅਦਾਲਤ ਨੇ ਹੁਕਮ ਕੀਤਾ ਸੀ ਉਹਦੇ ਹੁਕਮਾਂ 'ਤੇ ਤਫਤੀਸ਼ ਹੋਈ, ਤਫਤੀਸ਼ ਤੋਂ ਬਾਅਦ ਜਿਹੜੀ ਪੜਤਾਲ ਆਹ ਚੀਜ਼ ਸਾਹਮਣੇ ਆਈ, ਇਹਨਾਂ ਦੇ ਮਤਲਬ 2 ਦਿਨ ਐਡਵਾਂਸ ਕਰ ਦਿੱਤੀ ਮੇਰੀ ਉੱਥੇ ਹਾਈਕੋਰਟ ਡਾਇਰੈਕਸ਼ਨਸ ਕਰਦੀ ਹੈਗੀ ਨਿਚਲੀ ਅਦਾਲਤ ਨੂੰ, ਜਿੱਥੇ ਅਦਾਲਤ 'ਚ ਮੈਂ ਪਹਿਲਾਂ ਗਿਆ, ਉਸ ਅਦਾਲਤ ਨੂੰ ਇਹ ਡਾਇਰੈਕਸ਼ਨਸ ਕਰਦੇ ਵੀ ਜਿਹੜੀ ਹੈ ਹਰਪ੍ਰੀਤ ਦੇ ਜਿਹੜੇ ਕੇਸ ਹੈ ਇਹਦੀ ਮੋਨੀਟਰਿੰਗ ਕਰੇ ਅਦਾਲਤ, ਅਗਰ ਫਿਰ ਵੀ ਪੁਲਿਸ ਇਹਦੇ ਤੇ ਕਾਰਵਾਈ ਨਹੀਂ ਕਰਦੀ ਜੋ ਇਹਦੀ ਆਈ ਹੈ ਤੇ ਉਹਨੂੰ ਇਹਨੂੰ ਕੰਪਲੇਂਟ ਕੇਸ ਡੀਲ ਕੀਤਾ ਜਾਵੇ ਵੀ ਜਿਹੜੇ ਮੇਰੀ ਉਹ ਹੈ ਐਪਲੀਕੇਸ਼ਨ ਨੂੰ ਇਹਨੂੰ ਐਜ਼ ਕੰਪਲੇਂਟ ਟ੍ਰੀਟ ਕੀਤਾ ਜਾਵੇ। ਜਦੋਂ ਪੁਲਿਸ ਨੂੰ ਇਹ ਪਤਾ ਲੱਗਿਆ ਵੀ ਹੁਣ ਹਾਈਕੋਰਟ ਦੀਆਂ ਡਾਇਰੈਕਸ਼ਨਸ ਹੋ ਗਈਆਂ ਹੈਗੀਆਂ, ਜੇ ਨਹੀਂ ਕੀਤਾ ਤਾਂ ਫਿਰ ਉਹਨਾਂ ਨੇ ਇਹਨੂੰ ਕੰਪਲੇਂਟ ਕੇਸ ਨੂੰ ਕੰਪਲੇਂਟ ਕੇਸ ਵਜੋਂ ਟ੍ਰੀਟ ਕਰੇਗੀ। ਉਸ ਤੋਂ ਬਾਅਦ ਕਿ 11 ਮਹੀਨਿਆਂ ਬਾਅਦ ਮੋਬਾਈਲ ਚੋਰੀ ਹੋਣ ਤੋਂ 11 ਮਹੀਨਿਆਂ ਬਾਅਦ ਉਹ ਮਾਨਯੋਗ ਹਾਈਕੋਰਟ ਦੇ ਦਖਲ ਤੋਂ ਬਾਅਦ ਜਿਹੜੀ ਮੇਰੀ FIR ਦਰਜ ਹੁੰਦੀ ਹੈ। 11 ਮਹੀਨੇ ਬਾਅਦ FIR ਦਰਜ ਹੋਈ ਫਾਈਨਲੀ? ਹਾਂਜੀ ਹਾਂਜੀ ਬਿਲਕੁਲ। ਔਰ ਉਸ ਤੋਂ ਬਾਅਦ ਕੋਈ ਐਕਸ਼ਨ ਪੁਲਿਸ ਨੇ ਜਾਂ ਕੋਈ ਇਹਦੇ ਉੱਤੇ ਕਾਰਵਾਈ ਕੀਤੀ? ਨਹੀਂ ਸਰ, ਪੁਲਿਸ ਨੇ ਕੀ ਕਰਨਾ ਸੀ ਮੈਂ ਤੁਹਾਨੂੰ ਇੱਕ ਗੱਲ ਦੱਸੂੰਗਾ, ਜਦੋਂ ਮੈਂ ਇਸ ਚੀਜ਼ ਨੂੰ ਲੈ ਕੇ ਮਾਨਯੋਗ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਮਿਲਦਾ, ਉਹਨਾਂ ਨੂੰ ਇਹ ਮੈਂ ਬੇਨਤੀ ਕਰਦਾ ਸਰ ਵੀ ਹਾਈਕੋਰਟ ਦੇ ਦਖਲਾਂ ਤੋਂ ਬਾਅਦ ਜੇ 11 ਮਹੀਨੇ ਬਾਅਦ ਜੇ ਰਿਪੋਰਟ ਦਰਜ ਹੁੰਦੀ ਤਾਂ ਪਹਿਲਾਂ ਕਿਉਂ ਨਹੀਂ ਹੋਈ? ਜੇ ਪਹਿਲਾਂ ਨਹੀਂ ਕਿਸੇ ਨੇ ਕੀਤੀ ਤਾਂ ਇਹਦੇ ਵਾਸਤੇ ਜਿਹੜੇ ਬੰਦੇ ਜ਼ਿੰਮੇਵਾਰ ਹੈ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਹ 'ਚ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਮੇਰੇ ਕੇਸ ਦੀ ਪੜਤਾਲ ਨੂੰ ਉਹਨੂੰ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਬੜੇ ਵਧੀਆ ਤਰੀਕੇ ਨਾਲ ਪੜਿਆ, ਉਹਨੇ ਇਹਨੂੰ ਗੰਭੀਰਤਾ ਨਾਲ ਸਮਝਿਆ ਵੀ ਇਹ ਕੇਸ ਨੂੰ ਉਹਨਾਂ ਨੇ ਲਾਈਟ ਨਹੀਂ ਲਏ। ਇਹਦੀ ਇੱਕ ਵੱਡਾ ਅਫਸਰ ਜਿਹੜਾ IG ਰੇਂਜ ਦਾ IG ਕ੍ਰਾਈਮ ਨੂੰ ਮੇਰਾ ਕੇਸ ਮਾਰ ਕੀਤਾ, IG ਕ੍ਰਾਈਮ ਨੇ ਉਹਦੀ ਇਨਵੈਸਟੀਗੇਸ਼ਨ ਕੀਤੀ। ਇਨਵੈਸਟੀਗੇਸ਼ਨ ਦੇ ਦਰਮਿਆਨ ਜੋ ਉਹਨਾਂ ਨੇ ਪੜਤਾਲ ਰਿਪੋਰਟ ਦਿੱਤੀ ਉਹਨਾਂ ਨੇ ਦਿੱਤਾ ਵੀ ਜਦੋਂ ਇਹ ਪ੍ਰਾਰਥੀ ਦੀ ਐਪਲੀਕੇਸ਼ਨ ਥਾਣੇ 'ਚ ਆਈ ਹੈ ਉਦੋਂ ਇਹ ਪੁਲਿਸ ਨੂੰ ਚਾਹੀਦਾ ਸੀ ਵੀ ਇਹਦੇ 'ਤੇ ਇਹਦੀ ਰਿਪੋਰਟ ਦਰਜ ਕਰ ਦੇ, ਨਾਲ ਦੇ ਥਾਣਿਆਂ 'ਚ ਇਤਲਾਹ ਕਰ ਦੇ, ਨਾਲ ਦੀ ਨਾਲ ਟਰੇਸਿੰਗ 'ਤੇ ਮੋਬਾਈਲ ਲਵਾਉਂਦਾ। ਅਜਿਹਾ
ਕੁਝ ਪੁਲਿਸ ਨੇ ਨਾ ਕਰਕੇ ਇੱਕ ਵੱਡੀ ਡਿਊਟੀ 'ਚ ਲਾਪਰਵਾਹੀ ਵਰਤੀ। ਇਸ ਕਰਕੇ ਮੈਂ SSP ਫਾਈਲ ਕਰਨ ਨੂੰ ਸਿਫਾਰਿਸ਼ ਕਰਦਾ। ਇਹਨਾਂ ਵਿਰੁੱਧ IG ਦੀ ਫਾਈਂਡਿੰਗ ਸੀਗੀ, IG ਕ੍ਰਾਈਮ ਦੀ ਫਾਈਂਡਿੰਗ ਸੀਗੀ। ਹਾਂਜੀ, ਇਹ IG ਕ੍ਰਾਈਮ ਬਠਿੰਡਾ ਦੀ ਫਾਈਂਡਿੰਗ ਸੀ, ਜਿਹ 'ਚ ਉਹਨਾਂ ਨੇ 3 ਜਾਣੇ ਬੰਦਿਆਂ ਦੇ ਜਿਹੜਾ ਹੈ ਉਹਨਾਂ ਨੇ ਉਹਦੇ ਨੈਗਲੀਜੈਂਸੀ ਪਾਈ ਵੀ ਇਹਨਾਂ ਬੰਦਿਆਂ ਨੇ ਡਿਊਟੀ 'ਚੋਂ ਕੁਤਾਹੀ ਵਰਤੀ ਹੈ। ਉਸ ਤੋਂ ਬਾਅਦ ਅਗਲਾ ਸਵਾਲ ਸੀਗਾ ਕਿ ਇਨਵੈਸਟੀਗੇਸ਼ਨ ਉਸ ਤੋਂ ਬਾਅਦ, ਪਰ ਇਹ ਵੱਡਾ ਸਵਾਲ ਹੈ ਕਿ ਤੁਸੀਂ ਤਾਂ ਫਾਈਟ ਕਰ ਲਈ ਹੈ, ਹਰ ਬੰਦਾ ਤਾਂ ਫਾਈਟ ਨਹੀਂ ਕਰ ਸਕਦਾ। ਹਾਂ ਬਿਲਕੁਲ ਬਿਲਕੁਲ, ਹਰ ਬੰਦਾ ਨਹੀਂ ਇਹ ਫਾਈਟ ਕਰ ਸਕਦਾ ਹੈਗਾ। ਇਹਦੇ ਵਾਸਤੇ ਮੈਂ ਸਮਝਦਾ ਵੀ ਲੋਕਾਂ 'ਚ ਜਿਹੜੀ ਅਵੇਅਰਨੈਸ ਦੀ ਕਮੀ ਹੈ, ਜਦੋਂ ਤੁਹਾਨੂੰ ਪਤਾ ਲੱਗਣ ਲੱਗ ਪਿਆ ਵੀ ਤੁਹਾਡੇ ਹੱਕ ਹੈ। ਇੱਕ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਦੱਸਣਾ ਚਾਹੂੰਗਾ, ਸਾਡਾ ਸੰਵਿਧਾਨ ਬਹੁਤ ਵਧੀਆ ਹੈ, ਇਹ 'ਚ ਬਹੁਤ ਤਰੀਕੇ ਨਾਲ ਬਹੁਤ ਲਿਖਿਆ, ਹਰੇਕ ਦੇ ਹੱਕ ਲਿਖੇ ਆ। ਸਾਨੂੰ ਲੋੜ ਆਪਣੇ ਹੱਕ ਸਮਝਣ ਦੀ, ਜੇ ਤੁਹਾਨੂੰ ਤੁਹਾਡੇ ਹੱਕਾਂ ਦੀ ਸਮਝ ਆ ਗਈ ਤਾਂ ਤੁਸੀਂ ਆਪਣੇ ਹੱਕ ਲੈਣ ਜੋਗੇ ਹੋ ਜਾਓਗੇ। ਜਿੰਨੀ ਦੇਰ ਤੁਸੀਂ ਇਹ ਚੀਜ਼ਾਂ ਪੜ੍ਹੋਗੇ ਨਹੀਂ, ਦੇਖੋਗੇ ਨਹੀਂ, ਸੁਣੋਗੇ ਨਹੀਂ, ਵਿਚਾਰੋਗੇ ਨਹੀਂ, ਤੁਹਾਡੇ ਮਾਮਲੇ 'ਚ ਉਸ ਤੋਂ ਬਾਅਦ ਕੀ ਹੋਇਆ, ਕੀ ਉਹ ਜਿਹੜੇ ਪੁਲਿਸ ਮੁਲਾਜ਼ਮ ਨੇ ਕੁਤਾਹੀ ਵਰਤੀ ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਹੋਇਆ? ਹਾਂ, ਜਦੋਂ ਇਹ ਵਿਭਾਗੀ ਪੜਤਾਲ ਥੱਲੇ SSP ਫਾਜ਼ਿਲਕਾ ਕੋਲ ਚਲੇ ਗਈ ਹੈ, ਜਦੋਂ ਪੜਤਾਲ ਸ਼ੁਰੂ ਹੁੰਦੀ, ਪੜਤਾਲ ਦੇ ਦਰਮਿਆਨ ਕੀ ਇੱਕ ਜਿਹੜਾ ਹੈ ਅਧਿਕਾਰੀ ਉਹਦੀ ਜਿਹੜੀ ਬਦਲੀ ਮੋਗਾ ਡਿਸਟ੍ਰਿਕਟ 'ਚ ਹੋ ਜਾਂਦੀ, ਉਹਦੀ ਜਿਹੜੀ ਪੜਤਾਲ SSP ਮੋਗਾ ਜੀ ਕਰਦੇ ਆ, ਦੋ ਅਧਿਕਾਰੀਆਂ ਦੀ ਪੜਤਾਲ SSP ਫਾਜ਼ਿਲਕਾ ਕਰਦੇ ਆ। PPR ਤਹਿਤ ਪੰਜਾਬ ਪੁਲਿਸ ਦੇ ਜਿਹੜੇ ਰੂਲ ਹੈ ਉਹਨਾਂ ਦੇ ਤਹਿਤ ਜਿਹੜੀ ਇਹ ਹੋਣੀ ਹੁੰਦੀ ਹੈ। ਇਹਨਾਂ ਨੇ ਇੱਕ ਨਿਸ਼ਚਿਤ ਸਮੇਂ ਤੋਂ ਜਿਹੜਾ ਹੈ ਟਾਈਮ ਲੰਘਾਈ ਗਿਆ। ਉਸ ਤੋਂ ਬਾਅਦ ਮੈਂ RTI ਤਹਿਤ ਇਨਫੋਰਮੇਸ਼ਨ ਮੰਗੀ ਇਹਨਾਂ ਕੋਲੋਂ, ਠੀਕ ਹੈ। ਜਦੋਂ RTI ਤਹਿਤ ਇਨਫੋਰਮੇਸ਼ਨ ਮੰਗੀ ਤਾਂ ਜਿਹੜਾ PIO ਹੈ ਉਹਨੇ ਇਹ ਕਹਿ ਕੇ ਰੋਕ ਦਿੱਤੀ ਵੀ ਜੇ ਇਨਫੋਰਮੇਸ਼ਨ ਹੈ ਜਿਹੜੇ ਹੈ ਪੁਲਿਸ ਅਧਿਕਾਰੀਆਂ ਦੀ ਜਿਹੜੀ ਨਿੱਜੀ ਜਾਣਕਾਰੀ ਹੈਗੀ, ਇਸ ਕਰਕੇ ਤੁਹਾਨੂੰ ਇਨਫੋਰਮੇਸ਼ਨ ਦੇ ਨਹੀਂ ਸਕਦੇ। ਮੈਂ ਸਰ ਇੱਕ RTI ਐਕਟੀਵਿਸਟ, ਮੈਨੂੰ ਪਤਾ ਵੀ ਨਿੱਜੀ ਜਾਣਕਾਰੀ ਕੀ ਹੁੰਦੀ ਕੀ ਨਹੀਂ ਹੁੰਦੀ। ਮੈਨੂੰ ਇਹ ਲੱਗਿਆ ਵੀ ਜਿਹੜੀ ਮੈਨੂੰ ਜਿਹੜੇ ਨਾ ਦੇਣ ਕਰਕੇ ਗਲਤ ਇਤਰਾਜ਼ ਲਗਾਏ ਜਾ ਰਹੇ, ਮੈਂ ਇਹਨਾਂ ਇਤਰਾਜ਼ਾਂ ਨੂੰ ਲੈ ਕੇ ਮੁੱਖ ਸੂਚਨਾ ਕਮਿਸ਼ਨਰ ਨੂੰ ਜਿਹੜੀ ਅਪੀਲ ਦਾਇਰ ਕੀਤੀ, ਜਿਹੜੀ ਸੁਣਵਾਈ ਲਈ ਮਾਨਯੋਗ ਖੁਸ਼ਵੰਤ ਸਿੰਘ ਸੂਚਨਾ ਕਮਿਸ਼ਨਰ ਦੇ ਕੋਲ ਆਈ। ਮਾਨਯੋਗ ਸੂਚਨਾ ਕਮਿਸ਼ਨ ਸ਼੍ਰੀ ਖੁਸ਼ਵੰਤ ਸਿੰਘ ਨੇ ਜਿਹੜੀ ਇਹ ਜਿਹੜੀ ਸਾਡੀ ਜਿਹੜੀ ਮੇਰੀ ਅਪੀਲ ਹੈ ਇਹ 3 ਪੜਾਵਾਂ ਦੇ ਦਰਮਿਆਨ ਜਿਹੜੀ ਇਹ ਸੁਣਵਾਈ ਹੋਈ। ਜਦੋਂ 3 ਪੜਾਅ ਦੇ ਦਰਮਿਆਨ ਜਦੋਂ ਮੈਂ ਆਪਣੀਆਂ ਦਲੀਲਾਂ ਰੱਖੀਆਂ ਵੀ ਸਰ ਇਹ 'ਚ ਮੈਂ ਪੀੜਿਤ ਵੀ ਹਾਂ, ਮੈਂ ਇਹ 'ਚ ਪ੍ਰਾਰਥੀ ਵੀ ਹਾਂ, ਠੀਕ ਹੈ, ਔਰ ਮੇਰੇ ਬਿਆਨਾਂ ਦੇ ਆਧਾਰ 'ਤੇ ਜਿਹੜੀ ਇਨਕੁਆਇਰੀ ਖੁੱਲ੍ਹੀ ਹੈ, ਠੀਕ ਹੈ, ਇਸ ਕਰਕੇ ਮੈਂ ਹੱਕ ਰੱਖਦਾ, ਇਹ 'ਚ ਕੋਈ ਇਹਨਾਂ 'ਚ ਨਿੱਜੀ ਗੱਲ ਨਹੀਂ। ਮੈਂ ਕੋਈ ਇਹਨਾਂ ਦੇ ਪਰਿਵਾਰ ਦੀ ਗੱਲ ਨਹੀਂ ਪੁੱਛੀ, ਨਾ ਮੈਂ ਇਹਨਾਂ ਦੀ ਕੋਈ ਸੰਪੱਤੀ ਪੁੱਛੀ, ਨਾ ਮੈਂ ਕੋਈ ਉਹੋ ਜਿਹੀ ਗੱਲ ਪੁੱਛੀ। ਮੈਂ ਤਾਂ ਆਪਣੇ ਨਾਲ ਰਿਲੇਟਡ ਜਿਹੜੀ ਕੇਸ 'ਚ ਮੈਂ ਇਨਵੋਲਵ ਹਾਂ, ਔਰ ਮੇਰੇ ਕੇਸ ਦੀ ਇਨਕੁਆਇਰੀ ਮੇਰੇ ਕੇਸ ਮੇਰੇ ਬਿਆਨੇ ਦੇ ਅਧਿਕਾਰ 'ਤੇ ਖੁੱਲ੍ਹੀ, ਇਸ ਕਰਕੇ ਮੈਨੂੰ ਹੱਕ ਹੈ। ਮਾਨਯੋਗ ਖੁਸ਼ਵੰਤ ਸਿੰਘ ਜਿਹੜੇ ਹੈ ਮੇਰੀ ਦਲੀਲਾਂ ਨਾਲ ਸਹਿਮਤ ਹੁੰਦੇ ਅਤੇ ਉਹਨਾਂ ਨੇ ਔਡਰ ਕੀਤਾ 5 ਫਰਵਰੀ 2019 ਨੂੰ ਜਿਹੜੇ ਉਹ ਔਡਰ ਕਰਦੇ, ਉਹਨਾਂ 5 ਫਰਵਰੀ 2019 ਦੇ ਔਡਰਾਂ 'ਤੇ ਜਿਹਨੂੰ ਮੈਨੂੰ ਦੋਨਾਂ ਅਧਿਕਾਰੀਆਂ ਜਿਹੜੀ ਹੈ, ਹਾਂ ਜਿਹੜੇ ਮੈਨੂੰ ਜਿਹੜੇ ਔਡਰ ਮਿਲੇ ਹੈਗੇ ਆ, ਇਹ 'ਚ 2 SSP ਦੁਆਰਾ ਔਡਰ 'ਚ ਮਿਲੇ ਗਏ। ਜਿਹੜਾ SSP ਮੋਗਾ ਨੇ ਜਿਹੜਾ ਔਡਰ ਪਾਸ ਕੀਤਾ ਹੈਗਾ, ਜਿਹੜੀ ਇੱਕ ਅਧਿਕਾਰੀ ਦੀ ਬਦਲੀ ਡਿਸਟ੍ਰਿਕਟ ਮੋਗਾ 'ਚ ਹੋਈ ਹੈ, ਉਹਦੀ 2 ਸਾਲ ਦੀ ਪੱਕੇ ਤੌਰ 'ਤੇ ਨੌਕਰੀ ਅਤੇ ਇਨਕਰੀਮੈਂਟ ਕੱਟਣ ਦੀ ਜਿਹੜੀ ਤਜਵੀਜ਼ ਪਾਸ ਕੀਤੀ ਹੈ। ਇਹਨਾਂ ਔਡਰਾਂ ਦੇ ਜਿਹੜੇ SSP ਮੋਗਾ ਦੇ ਔਡਰਾਂ ਨਾਲ ਮੈਂ ਸਹਿਮਤ ਹਾਂ, ਔਰ ਖੁਸ਼ੀ ਇਜ਼ਹਾਰ ਕਰਦਾ, ਔਰ SSP ਮੋਗਾ ਦਾ ਧੰਨਵਾਦ ਕਰਦਾ। ਬਟ ਜੋ SSP ਫਾਜ਼ਿਲਕਾ ਨੇ ਆਰਡਰ ਪਾਸ ਕੀਤੇ ਆ ਉਹਦੇ ਬਾਰੇ ਫਿਰ ਥੋੜ੍ਹਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ। ਜਦੋਂ ਇਹ ਜਿਹੜੀ ਇਨਕੁਆਇਰੀ ਹੁੰਦੀ, ਪਹਿਲਾਂ ਉਸ ਤੋਂ ਥਰਡਾ ਇੱਕ ਅਧਿਕਾਰੀ ਕਰਦਾ ਹੁੰਦਾ, ਜਿਹੜੇ ਥਰਡੇ ਅਧਿਕਾਰੀ ਨੇ ਪੜਤਾਲ ਕੀਤੀ, ਉਹਨੇ ਪੜਤਾਲ ਦੇ ਵਿੱਚ ਇੱਕ ਫਾਈਂਡਿੰਗ ਪਾਈ ਆ ਵੀ ਇਹਨਾਂ ਬੰਦੇ ਨੇ ਕੁਤਾਹੀ ਕੀਤੀ, ਇਹ ਕੁਤਾਹੀ ਦੇ ਬਦਲੇ 1 ਸਾਲ ਦੀ ਨੌਕਰੀ ਕੱਟਣ ਪਲੱਸ ਇਨਕਰੀਮੈਂਟ ਕੱਟਣ ਦੀ ਜਿਹੜੀ ਹੈ ਤਜਵੀਜ਼ ਪਾਸ ਕੀਤੀ ਗਈ। ਉਹਨਾਂ ਤਜਵੀਜ਼ਾਂ ਦੇ ਆਧਾਰ 'ਤੇ SSP ਇਹਨਾਂ ਜਿਹੜੇ 2 ਮੁਲਾਜ਼ਮ ਹੈ ਜਿਨ੍ਹਾਂ ਦੀ SSP ਫਾਜ਼ਿਲਕਾ ਕਰਦਾ, ਉਹਨਾਂ ਨੂੰ ਬੁਲਾਉਂਦਾ। ਬੁਲਾਉਣ ਤੋਂ ਬਾਅਦ ਉਹਨਾਂ ਦਾ ਪੱਖ ਸੁਣਦਾ ਹੈ। ਉਹਨਾਂ ਪੱਖ ਸੁਣਨ ਤੋਂ ਬਾਅਦ ਉਹ ਆਪਣਾ ਜਿਹੜਾ ਸਿੱਟਾ ਰਿਪੋਰਟ ਕੀ ਦਿੰਦੇ ਹੈ, ਕਹਿੰਦੇ ਜਦੋਂ ਇਹਨਾਂ ਨੇ ਆ ਕੇ ਮੈਨੂੰ ਪੱਖ ਦਿੱਤਾ, ਪੱਖ ਦੇ ਨਾਲ ਮੈਂ ਪੂਰਨ ਰੂਪ ਵਿੱਚ ਸਹਿਮਤ ਨਹੀਂ,
ਇੱਕ ਲਫ਼ਜ਼ ਉਹਨਾਂ ਨੇ ਵਿੱਚ ਲਿਖਿਆ ਕੁਤਾਹੀਕਾਰ। ਕੁਤਾਹੀਕਾਰ ਮੁਲਾਜ਼ਮਾਂ ਵੱਲੋਂ ਦਿੱਤਾ ਗਿਆ ਲਿਖਤੀ ਅਤੇ ਜ਼ਬਾਨੀ ਪੱਖ, ਉਹਦੇ ਨਾਲ ਮੈਂ ਪੂਰਨ ਰੂਪ ਵਿੱਚ ਸਹਿਮਤ ਨਹੀਂ, ਪਰ ਕੁਦਰਤੀ ਨਿਆਂ ਇਹਨਾਂ ਦੇ ਪ੍ਰਤੀ ਨਰਮ ਵਤੀਰਾ ਵਰਤਦੇ ਹੋਏ ਜਿਹੜੀ ਤਜਵੀਜ਼ ਕੀਤੀ ਸਜ਼ਾ ਉਹਨੂੰ ਮੈਂ ਨਖਿੱਧ ਵਿੱਚ ਉਹ ਕਰਦਾ। ਮਤਲਬ ਸਜ਼ਾ ਬਦਲਤੀ, ਜਿਹੜੀ ਇੱਕ ਸਾਲ ਦੀ ਸਜ਼ਾ ਤੁਸੀਂ ਕਹਿ ਰਹੇ ਸੀ ਉਹਨੂੰ ਨਖਿੱਧ ਦੇ ਵਿੱਚ ਤਬਦੀਲ ਕਰਤੀ। ਹਾਂ SSP ਸਾਹਿਬ ਨੇ, ਹਾਂ SSP ਫਾਇਲ। ਮੈਂ ਤੁਸੀਂ ਉਹਦੇ ਤੋਂ ਸੰਤੁਸ਼ਟ ਨਹੀਂ ਹੈਗੇ ਸਰ? ਨਹੀਂ, ਮੈਂ ਸੰਤੁਸ਼ਟ ਨਹੀਂ ਉਹਦਾ। ਮੈਂ ਇੱਕ ਗੱਲ ਦੱਸੂੰਗਾ, ਜਿਹੜਾ SSP ਦਾ ਜਿਹੜਾ ਅਹੁਦਾ ਨਾ, ਇੱਕ ਸੰਵਿਧਾਨਕ ਅਹੁਦਾ, ਉਹਨੂੰ ਜਿਹੜਾ ਕੰਮ ਜਿਹੜਾ ਸੰਵਿਧਾਨ ਦੇ ਅਨੁਸਾਰ ਕਰਨਾ ਚਾਹੀਦਾ। ਪਰ ਮੇਰੇ ਕੇਸ ਵਿੱਚ ਜਿਵੇਂ ਇੱਕ ਹੁੰਦੇ ਨਾ ਮਹਾਤਮਾ ਬੰਦੇ ਜਾਂ ਬਾਬੇ ਹੁੰਦੇ ਜਿਨ੍ਹਾਂ ਦਾ ਕੰਮ ਹੀ ਮਾਫੀਆਂ ਦੇਣਾ, ਮੇਰੇ ਕੇਸ ਵਿੱਚ ਉਸ ਤਰ੍ਹਾਂ ਮਾਫੀਆਂ ਦਿੱਤੀਆਂ ਗਈਆਂ। ਜਦੋਂ ਥੱਲੋਂ ਜਾਂ ਤਾਂ SSP ਕਹੇ ਜੋ ਇਹਨਾਂ ਨੇ ਪੱਖ ਦਿੱਤਾ ਹੈਗਾ ਮੈਂ ਉਹਦੇ ਨਾਲ ਸਹਿਮਤ ਹਾਂ, ਜੋ ਤਜਵੀਜ਼ ਸੁਝਾ ਸਜ਼ਾ ਇਸ ਕਰਕੇ ਮੈਂ ਉਹਨੂੰ ਤਬਦੀਲ ਕਰਦਾ, ਉਹਦੇ ਨਾਲ ਸਹਿਮਤ ਨਹੀਂ। ਜੇ ਸਹਿਮਤ ਨਹੀਂ ਤਾਂ ਫਿਰ ਮਾਫ਼ੀ ਨਹੀਂ ਹੋਣੀ ਚਾਹੀਦੀ। ਜੇ ਮਾਫ਼ੀ ਕੀਤੀ ਹੈ ਤਾਂ ਇਹਨਾਂ ਤਾਂ ਗਲਤ ਕੀਤੀ ਔਰ ਸੰਵਿਧਾਨ ਤੋਂ ਬਾਹਰ ਹੋ ਕੇ ਕੀਤੀ। ਜਿਹੜਾ SSP ਦਾ ਫਾਇਲਕਾ ਦਾ ਜਿਹੜਾ ਫੈਸਲਾ ਨਾ, ਮੈਂ ਉਹਦੇ ਅਗੇਂਸਟ ਮਾਨਯੋਗ IG ਫਿਰੋਜ਼ਪੁਰ ਰੇਂਜ ਨੂੰ ਜਿਹੜੀ ਅਪੀਲ ਦਾਇਰ ਕਰਾਂਗਾ, ਉਹਨਾਂ ਤੋਂ ਮੈਂ ਮੰਗ ਕਰਾਂਗਾ। ਕੀਤੀ ਨਹੀਂ ਕਰੋਗੇ? ਹਾਂ ਹਾਂ ਸਰ, ਮੈਂ ਕਰਾਂਗਾ। ਉਹਨਾਂ ਜੇ ਮੈਂ ਮੰਗ ਕਰਾਂਗਾ, ਜਿਵੇਂ ਇੱਕ ਕੇਸ ਵਿੱਚ 3 ਬੰਦੇ ਦੋਸ਼ੀ ਪਾਏ ਗਏ ਆ, ਇੱਕ SSP ਉਹਦੇ 'ਚ 2 ਸਾਲਾਂ ਦੀ ਸਜ਼ਾ ਦੇ ਰਿਹਾ, ਦੂਜਾ SSP ਨੂੰ ਜਿਹੜੀ 1 ਸਾਲ ਦੀ ਤਜਵੀਜ਼ ਹੋਈ ਸੀ ਉਹ ਉਹਨੂੰ ਵੀ ਨਖਿੱਧ 'ਚ ਕਰ ਰਿਹਾ। ਇਹ ਮਤਲਬ ਕੋਈ ਜਸਟਿਸ ਵਾਲੀ ਗੱਲ ਨਹੀਂ ਹੋਈ ਇਸ ਜਿਹੜੇ ਫੈਸਲੇ। ਤੁਹਾਡਾ ਮੋਬਾਈਲ ਮਿਲਿਆ ਕਿ ਨਹੀਂ? ਹਾਂ ਸਰ, ਮੇਰਾ ਮੋਬਾਈਲ ਵੀ ਮਿਲ ਗਿਆ। ਇੱਕ ਹੋਰ ਦੱਸਣਾ ਚਾਹੁੰਦਾ, ਜਿਹੜੇ ਪੁਲਿਸ ਕਹਿ ਰਹੀ ਸੀਗੀ ਵੀ ਇਹਦਾ ਮੋਬਾਈਲ ਚੋਰੀ ਨਹੀਂ ਹੋਇਆ, ਗੁੰਮ ਹੋਇਆ, ਔਰ ਰਪੜ ਨਹੀਂ ਦਰਜ ਕਰਨਾ ਪਿਆ, ਉਸੇ ਹੀ ਪੁਲਿਸ ਨੇ ਮੈਨੂੰ ਮੋਬਾਈਲ ਵੀ ਲੱਭ ਕੇ ਦਿੱਤਾ ਔਰ ਚੋਰ ਵੀ ਲੱਭ ਕੇ ਦਿੱਤਾ। ਚੋਰ ਵੀ ਲੱਭ ਗਿਆ? ਬਿਲਕੁਲ ਚੋਰ ਵੀ ਲੱਭ ਗਿਆ ਜੀ। ਹੈਰਾਨੀ ਦੀ ਗੱਲ ਤੁਹਾਡੇ ਵਾਸਤੇ ਹੋਊਗਾ ਵੀ ਜਿਹੜੀ ਪੁਲਿਸ ਕਹਿੰਦੀ ਹੈ ਹੀ ਨਹੀਂ ਸੀ, ਅੱਜ ਉਹੀ ਕੁਛ ਪੁਲਿਸ ਨੇ ਕੀਤਾ। ਤੁਹਾਡੀ ਲੜਾਈ ਹੁਣ ਖਤਮ ਹੋ ਗਈ ਹੈ ਕਿ ਅਜੇ ਹੋਰ ਕੋਈ ਲੜਾਈ ਬਾਕੀ ਹੈ? ਨਹੀਂ ਸਰ, ਲੜਾਈ ਤਾਂ ਮੈਨੂੰ ਲੱਗਦਾ ਦਿਨੋ ਦਿਨ ਮੇਰੀ ਵਾਈਡ ਹੋ ਰਹੀ, ਅੱਗੇ ਨਾ ਵੱਧ ਰਹੀ ਲੜਾਈ। ਉਹਦਾ ਕਾਰਨ ਕੀ ਹੈ, ਜਦੋਂ ਮੈਂ ਇਹਨਾਂ ਦੇ ਖਿਲਾਫ਼ ਅਦਾਲਤ ਵਿੱਚ ਜਾ ਰਿਹਾ ਸੀਗਾ, ਉਹਦੇ ਦਰਮਿਆਨ ਮੈਨੂੰ ਇਹਨਾਂ ਨੇ ਥ੍ਰੈਟ ਕਰਨੇ ਸ਼ੁਰੂ ਕਰ ਦਿੱਤੇ ਸੀ ਲੋਕਲ ਪੁਲਿਸ ਨੇ। ਮੈਨੂੰ ਇਸ ਗੱਲ ਦੀਆਂ ਧਮਕੀਆਂ ਦੇ ਰਹੇ ਵੀ ਸਾਡੇ ਕੋਲ ਚਿੱਟਾ ਵੀ ਹੈ, ਸਾਡੇ ਕੋਲ ਕਾਲਾ ਵੀ ਹੈ, ਸਾਡੇ ਕੋਲ ਜਨਾਨੀਆਂ ਵੀ, ਵੀ ਤੂੰ ਉਹਦੇ ਆਪਣੇ ਟਿਕ ਜਾ, ਤੂੰ ਪੁਲਿਸ ਨਾਲ ਪੰਗਾ ਨਾ ਲੈ, ਜੇ ਦਿਨ ਤੂੰ ਸਾਡੇ ਅੜਿੱਕੇ ਚੜ੍ਹ ਗਿਆ ਤੈਨੂੰ ਕਿਸੇ ਨਸ਼ੇ 'ਚ ਕੇਸ ਫਸਾ ਦਿਆਂਗੇ ਜਾਂ ਕੋਈ ਬਲਾਤਕਾਰ ਵਰਗਾ ਤੇਰੇ 'ਤੇ ਨਜਾਇਜ਼ ਪਰਚਾ ਦਰਜ ਕਰਾ ਦਾਂਗੇ। ਉਹਨੂੰ ਇਹਨਾਂ ਨੇ ਇੰਪਲੀਮੈਂਟ ਕਰਨ ਦੀ ਵੀ ਕੋਸ਼ਿਸ਼ ਕੀਤੀ, ਮੇਰੇ ਮਿਸਿਜ ਨੂੰ ਵੀ ਇਹਨਾਂ ਨੇ ਇੱਕ ਝੂਠੇ ਕੇਸ 'ਚ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦਾਲ ਨਹੀਂ ਗਲੀ। ਮੇਰੇ ਬੇਟੇ 'ਤੇ ਵੀ ਮੁਕੱਦਮਾ ਦਰਜ ਕਰਨ ਦੀ ਕੋਸ਼ਿਸ਼ ਕੀਤੀ, ਕਿਸੇ ਬੰਦੇ 'ਤੇ ਪ੍ਰੈਸ਼ਰਾਈਜ਼ ਕਰਦੇ ਰਹੇ ਵੀ ਤੂੰ ਬਿਆਨ ਦੇ ਇਸ ਤਰੀਕੇ ਨਾਲ, ਪਰ ਨਹੀਂ, ਜੋ ਸੱਚ ਤਾਂ ਸੱਚ ਹੀ ਹੋਣਾ। ਅਖੀਰ ਜਦੋਂ ਉਹਨਾਂ ਨੇ ਮੇਰੇ 'ਤੇ ਕੀਤਾ, ਉਹਨਾਂ ਨੇ ਮੇਰੇ ਅਗੇਂਸਟ ਇੱਕ ਝੂਠੀ ਰਪਟ ਦਰਜ ਕੀਤੀ ਵੀ ਕਿਸੇ ਤਰੀਕੇ ਨਾਲ ਇਹਨੂੰ ਦਬਾ ਲਈਏ ਤਾਂ ਜੋ ਵੀ ਇਹ ਪਾਸੇ ਹਟ ਜਾਏ। ਠੀਕ ਹੈ, ਮੇਰੇ ਅਗੇਂਸਟ ਇੱਕ ਝੂਠੀ ਰਪਟ ਦਰਜ ਕੀਤੀ, ਉਹਦੇ 'ਚ ਕੀ ਹੈ 11:40 ਦਿਨ ਦਾ ਸਮਾਂ ਦਰਜ ਦੱਸਾਂਦੇ ਔਰ ਦਰਜ ਕਿਹਦੇ ਵੱਲੋਂ, ਜਿਹੜੇ ਮੇਰੇ ਕੇਸ ਵਿੱਚ 3 ਬੰਦੇ ਦੋਸ਼ੀ, ਦੋਸ਼ੀਆਂ ਵਿੱਚ ਇੱਕ ਮੁਲਾਜ਼ਮ ਮੇਰੇ ਅਗੇਂਸਟ ਦਰਜ ਕਰਦਾ ਵੀ ਅੱਜ 11:40 ਦਿਨ ਵੇਲੇ ਮੇਰੇ ਵੀ ਥਾਣੇ 'ਚ ਆ ਕੇ ਮੈਨੂੰ ਕੁੱਟਣ ਮਾਰਨ ਦੀਆਂ ਧਮ ਕੁੱਟਣ ਮਾਰਨ ਦੀਆਂ ਪਲੱਸ ਵਰਦੀ ਫਾਰਨ ਦੀਆਂ ਪਲੱਸ ਗਾਲੀ ਗਲੋਚ ਕਰਦਾ ਮੈਨੂੰ, ਜਿਹਦੇ ਵਿੱਚ 3 ਬੰਦੇ ਸਰਕਾਰੀ ਮੁਲਾਜ਼ਮ ਭੁਗਤਾਉਂਦਾ ਔਰ 3 ਪ੍ਰਾਈਵੇਟ ਭੁਗਤਾਉਂਦਾ ਹੈਗਾ। ਇੱਥੇ ਹੈਰਾਨੀ ਦੀ ਗੱਲ ਵੀ 6 ਤਾਂ ਉਹਨੇ ਕਾਗਜ਼ਾਂ 'ਚ ਭੁਗਤਾ ਦੇ, 7ਵਾਂ ਉਹ 11:40 ਦਿਨ ਦੇ ਟਾਈਮ ਹੈ, ਹੋਰ ਵੀ ਥਾਣੇ 'ਚ ਹੋਣਗੇ। ਕਿ ਮੈਂ ਇੱਕ ਸਵਾਲ ਇੱਥੇ ਕਰਨਾ ਚਾਹੂੰਗਾ ਕਿ ਇਹ ਉਹੀ ਪੰਜਾਬ ਪੁਲਿਸ ਹੈ ਜਿਹਨੇ ਅੱਤਵਾਦ ਦੇ ਸਮੇਂ ਸ਼ਾਂਤੀ ਲੈ ਕੇ ਆਉਂਦੀ, ਜਿਹੜੀ ਇਕੱਲੇ ਹਰਪ੍ਰੀਤ ਤੋਂ ਡਰ ਗਏ ਵੀ 11:40 ਹਰਪ੍ਰੀਤ, ਰਿਪੋਰਟ ਵਿੱਚ ਇਹ ਲਿਖਦੇ ਵੀ ਹਰਪ੍ਰੀਤ ਦੇ ਜਾਣ ਤੋਂ ਬਾਅਦ ਅਸੀਂ ਰਫੜ ਦਰਜ ਕਰਦੇ। ਕੀ ਪੁਲਿਸ ਐਡੀ ਨਿਕੰਮੀ ਸੀ ਜਾਂ ਐਡੀ ਲਾਚਾਰ ਸੀ ਜਦੋਂ ਮੈਂ ਉਹਨੂੰ ਬੋਲਦਾ ਰਿਹਾ ਕਿ ਮੈਨੂੰ ਫੜ ਕੇ ਬਿਠਾਇਆ ਨਹੀਂ ਗਿਆ, ਮੇਰੇ ਜਾਣ ਤੋਂ ਬਾਅਦ ਹੀ ਰਫੜ ਦਰਜ ਕਰਨੇ ਸੀ? ਫਿਰ ਇਸ ਮਸਲੇ ਨੂੰ ਲੈ ਕੇ ਮੈਂ SSP ਨੂੰ ਫਾਇਲ ਕਰਨ ਨੂੰ ਸਵਾਲ ਕੀਤੇ ਵੀ ਉਸ ਦਿਨ ਦੀ CCTV ਕੈਮਰੇ ਦੀ ਫੁਟੇਜ ਕੱਢੋ। ਉੱਥੇ ਪੁਲਿਸ ਦਾ ਜਵਾਬ ਹੈ ਥਾਣੇ ਦੇ CCTV ਕੈਮਰੇ ਹੀ ਖਰਾਬ ਹੈ।
ਇੱਥੇ ਇੱਕ ਹੋਰ ਸਵਾਲ ਹੈ, ਸਾਰੇ ਸ਼ਹਿਰ ਵਿੱਚ ਕੈਮਰੇ ਲੱਗੇ ਹੋਏ ਆ ਅਮਨ ਸ਼ਾਂਤੀ ਬਣਾਉਣ ਵਾਸਤੇ, ਕੋਈ ਕਿਸੇ ਕਿਸਮ ਦੀ ਕੋਈ ਘਟਨਾ ਨਾ ਵੱਟੇ, ਅਤੇ ਠਾਣੇ ਦੀ ਕੈਮਰੇ ਖਰਾਬ ਹੈ। ਦੂਸਰਾ ਸਵਾਲ ਮੈਂ ਉੱਥੇ ਇੱਕ ਹੋਰ ਕੀਤਾ ਇਹਨਾਂ ਨੂੰ ਵੀ ਇਹ ਦੱਸਿਆ ਵੀ ਹਰਪ੍ਰੀਤ ਕਿਸ ਸੰਬੰਧ ਵਿੱਚ ਠਾਣੇ ਗਿਆ ਸੀਗਾ, ਉੱਥੇ ਦੋ ਪੱਤਰ ਦਿੰਦੇ ਆ, ਦੋ ਪੱਤਰਾਂ 'ਚ ਇੱਕ ਪੱਤਰ ਜਿਹੜਾ ਮੇਰੇ ਕਿਸੇ ਵੀ ਪੱਤਰ ਨੂੰ ਨੰਬਰ ਹੀ ਨਹੀਂ ਲੱਗਿਆ, ਬੋਗਸ ਨੰਬਰ ਲਾਇਆ ਗਿਆ। ਦੂਸਰਾ ਜਿਹੜਾ ਪੱਤਰ ਦਾ ਨੰਬਰ SSP ਦਫ਼ਤਰ ਦਾ, ਜੇ SSP ਦਫ਼ਤਰ ਦਾ ਪੱਤਰ ਦਾ ਹੈ ਫਾਜ਼ਿਲਕਾ ਦਾ, ਅਤੇ ਜਲਾਲਾਬਾਦ ਥਾਣੇ 'ਚ ਮੈਂ ਕੀ ਕਰਨ ਜਾਊਂਗਾ? ਦੋ। ਤੀਜਾ ਸਵਾਲ ਮੈਂ ਇੱਕ ਹੋਰ ਕੀਤਾ ਉਹਨਾਂ ਨੂੰ ਵੀ ਉਸ ਦਿਨ ਤਾਂ ਮੈਂ ਮੰਨ ਲੈਂਦਾ ਵੀ ਜਿਹੜੇ ਤਿੰਨ ਬੰਦੇ ਮੇਰੇ ਖਿਲਾਫ਼ ਭੁਗਤਾਏ ਸਰਕਾਰੀ ਮੁਲਾਜ਼ਮ, ਉਹ ਤਾਂ ਥਾਣੇ ਹੋਣਗੇ ਹੋਣਗੇ, ਮੰਨਿਆ ਜਾ ਸਕਦਾ ਥਾਣੇ ਦੇ ਮੁਲਾਜ਼ਮ ਹੈ। ਜਿਹੜੇ ਤਿੰਨ ਮੇਰੇ ਅਗੇਂਸਟ ਭੁਗਤਾਏ ਪ੍ਰਾਈਵੇਟ ਬੰਦੇ ਸਿਵਲ ਬੰਦੇ, ਉਹਨਾਂ ਦੀ ਮੋਬਾਈਲ ਦੀ ਲੋਕੇਸ਼ਨ ਟਰੇਸ ਮੈਂ ਆਪਣੇ ਲੈਵਲ 'ਤੇ ਪਤਾ ਕੀਤਾ, ਉਹਨਾਂ 'ਚ ਇੱਕ ਹਲਵਾਈ ਹੈ, ਇੱਕ ਵੇਟਰ, ਨਾ ਉਸ ਦਿਨ ਜਲਾਲਾਬਾਦ 'ਚ ਹਲਵਾਈ ਸੀ ਅਤੇ ਨਾ ਵੇਟਰ ਸੀ, ਪੁਲਿਸ ਨੇ ਅੱਜ ਤੱਕ ਉਹਨਾਂ ਦੀ ਮੋਬਾਈਲ ਦੀ ਲੋਕੇਸ਼ਨ ਨਹੀਂ ਟਰੇਸ ਲੱਭੀ। ਮਤਲਬ ਪੁਲਿਸ ਇੱਥੋਂ ਤੱਕ ਕੋਸ਼ਿਸ਼ ਕੀਤੀ ਮੈਨੂੰ ਦਬਾਉਣ ਦੀ ਖਾਤਰ ਵੀ ਕਿਸੇ ਤਰੀਕੇ ਨਾਲ ਇਸ ਬੰਦੇ ਨੂੰ ਦਬਾਇਆ, ਪਰ ਇਹ ਬੰਦਾ ਦੱਬਣ ਵਾਲਾ ਨਹੀਂ, ਇਹ ਬੰਦਾ ਬਾਬਾ ਸਾਹਿਬ ਨੂੰ ਮੰਨਣ ਵਾਲਾ, ਜਿਸ ਨੇ ਇਸ ਦੇਸ਼ ਦਾ ਸੰਵਿਧਾਨ ਮੰਨਿਆ ਔਰ ਸੰਵਿਧਾਨ ਨੂੰ ਮੰਨਦਾ। ਕੋਈ ਕੋਈ ਕੰਪਨਸੇਸ਼ਨ ਦੀ ਡਿਮਾਂਡ ਵੀ ਕਰੋਗੇ ਤੁਸੀਂ, ਕਿਉਂਕਿ 3.5-3 ਸਾਲ ਦੀ ਲੜਾਈ ਹੈ। ਮੋਬਾਈਲ ਸੀਗਾ ਕਿੰਨੇ ਦਾ ਤੁਹਾਡਾ? ਸਰ ਮੇਰਾ 6,500 ਰੁਪਏ ਦਾ ਮੋਬਾਈਲ ਸੀਗਾ। ਅਤੇ ਹੁਣ ਤਾਂ ਕਿੰਨੇ ਕੁ ਪੈਸੇ ਖਰਚਤੇ ਤੁਸੀਂ ਇਹ ਕੋਰਟ ਕੇਸਾਂ ਦੇ ਮਾਮਲਿਆਂ 'ਚ ਆਉਣ ਜਾਣ ਦੇ ਵਿੱਚ? ਸਰ ਜਦੋਂ ਤੱਕ ਮੇਰਾ ਮੋਬਾਈਲ 3.5-4 ਸਾਲਾਂ ਪੁਲਿਸ ਨੇ ਲੱਭਿਆ ਸੀ, ਉਹ ਤੱਕ 3.5 ਲੱਖ ਖਰਚਾ ਸੀ, ਪਰ ਹੁਣ ਐਟ ਪ੍ਰੈਜੈਂਟਲੀ ਮੇਰਾ 5 ਲੱਖ ਤੋਂ ਉੱਪਰ ਦਾ ਖਰਚਾ ਹੋ ਗਿਆ। ਤੁਸੀਂ ਕੰਪਨਸੇਸ਼ਨ ਦੀ ਗੱਲ ਕੀਤੀ, ਇੱਕ ਡੈਮੇਜਸ ਐਕਟ ਦਾ ਪ੍ਰੋਵੀਜ਼ਨ ਹੈ ਮੇਰੇ ਕੋਲ, ਕਿਉਂ ਇਹ ਪੁਲਿਸ ਦੀ ਨਲਾਇਕੀ ਔਰ ਪੁਲਿਸ ਦੀ ਲਾਪਰਵਾਹੀ ਕਰਕੇ ਮੇਰੇ ਇੰਨੇ ਪੈਸਿਆਂ ਦਾ ਨੁਕਸਾਨ ਹੋਇਆ, ਇੱਕ। ਦੂਸਰਾ ਮੇਰਾ ਸਮੇਂ ਦਾ ਨੁਕਸਾਨ ਹੋਇਆ। ਤੀਜੇ ਨੰਬਰ 'ਤੇ ਮਾਨਸਿਕ ਤੌਰ 'ਤੇ ਜਿਹੜਾ ਪਰੇਸ਼ਾਨੀ ਹੋਇਆ, ਮੈਂ ਅਦਾਲਤ ਅੱਗੇ ਜਿਹੜਾ ਡੈਮੇਜਸ ਐਕਟ ਦੇ ਤਹਿਤ 50 ਲੱਖ ਕੰਪਨਸੇਸ਼ਨ ਫਾਈਲ ਕਰਾਂਗਾ ਅਦਾਲਤ ਤੋਂ, ਸਰਕਾਰ ਤੋਂ ਨਹੀਂ, ਇਸ ਵਿਭਾਗ ਤੋਂ ਕਰਾਂਗੇ, ਇਹਨਾਂ ਬੰਦਿਆਂ ਤੋਂ, ਕਿਉਂ ਇਹਨਾਂ ਬੰਦਿਆਂ ਪੰਜਾਬ ਪੁਲਿਸ ਤੋਂ? ਹਾਂਜੀ ਹਾਂਜੀ, ਕਿਉਂ ਇਹਨਾਂ ਬੰਦਿਆਂ ਕਰਕੇ ਮੈਨੂੰ ਪਰੇਸ਼ਾਨੀ ਦਾ ਸਾਹਮਣਾ ਹੋਇਆ। ਖਾਸ ਤੌਰ 'ਤੇ ਇਹਨਾਂ ਨੂੰ ਪਾਰਟੀ ਬਣਾਉਂਗੇ, ਬੰਦਿਆਂ ਨੂੰ ਪਾਰਟੀ? ਹਾਂ ਬਿਲਕੁਲ, ਪਾਰਟੀ ਇਹੀ ਬਣੂਗਾ, ਕਿਉਂ ਉਹਦਾ ਕਾਰਨ ਇਹਨਾਂ ਦੀ ਲਾਪਰਵਾਹੀ ਕਰਕੇ ਸਭ ਕੁਝ ਹੋਇਆ। ਇਸ ਤੋਂ ਇਲਾਵਾ ਸਰ ਮੇਰੇ ਕੋਲ IPC ਦੇ ਤਹਿਤ ਹੋਰ ਪ੍ਰੋਵੀਜ਼ਨਸ ਹੈ, ਉਹਦੇ ਤਹਿਤ ਇਹਨਾਂ ਦੇ ਤਹਿਤ FIR ਦਾ ਮੁਕੱਦਮਾ ਦਰਜ ਹੁੰਦਾ, ਮੈਂ ਉਹ ਮੁਕੱਦਮਾ ਵੀ ਦਰਜ ਕਰਾਵਾਂਗਾ। ਜਿੰਨੀ ਦੇਰ ਇਸ ਦੇਸ਼ ਵਿੱਚ ਮੈਨੂੰ ਇਨਸਾਫ਼ ਨਹੀਂ ਮਿਲਦਾ, ਉਨੀ ਦੇਰ ਮੈਂ ਚੈਨ ਨਾਲ ਨਹੀਂ ਬੈਠੂੰਗਾ ਔਰ ਲੋਕਾਂ ਨੂੰ ਇਹ ਦੱਸਦਾ ਰਹੂੰਗਾ ਵੀ ਜੇ ਅੱਜ ਇੱਕ ਹਰਪ੍ਰੀਤ ਇਸ ਤਰ੍ਹਾਂ ਲੜਾਈ ਲੜ ਕੇ ਕਾਮਯਾਬੀ ਵੱਲ ਵੱਧ ਰਿਹਾ ਤਾਂ ਤੁਸੀਂ ਵੀ ਲੜੋ। ਲੜਾਈ ਕਾਹਦੀ ਸੀ? 6,500 ਦੀ ਤਾਂ ਲੜਾਈ ਸੀਗੀ ਨਹੀਂ, ਮੋਬਾਈਲ ਦੀ ਤਾਂ ਲੜਾਈ ਨਹੀਂ ਸੀ, ਉਹ ਨਵਾਂ ਲੈ ਲਿਆ ਹੋਣਾ ਤੁਸੀਂ? ਨਹੀਂ ਸਰ, ਮੋਬਾਈਲ ਦੀ ਲੜਾਈ ਨਹੀਂ ਸੀ, ਵਾਕਿਆ ਇਹ ਲੜਾਈ ਮਾਨ ਸਨਮਾਨ ਦੀ ਲੜਾਈ, ਇਹ ਸੰਵਿਧਾਨਕ ਹੱਕਾਂ ਦੀ ਲੜਾਈ ਹੈ, ਇਹ ਉਸ ਬੰਦੇ ਦੀ ਲੜਾਈ, ਉਸ ਬੰਦੇ ਦੇ ਮਾਨ ਸਨਮਾਨ ਦੀ ਲੜਾਈ ਜਿਹਨੂੰ ਥਾਣੇ ਦਾ ਸੰਤਰੀ ਗੇਟਰੋਂ ਨਹੀਂ ਵੜਨ ਦਿੰਦਾ, ਮੁਨਸ਼ੀ ਰਪੜ ਦੱਸਣੀ ਤਾਂ ਦੂਰ ਦੀ ਗੱਲ, ਜਿਹਨੂੰ ਥਾਣੇ 'ਚ ਵੜਨ ਤੋਂ ਪਹਿਲਾਂ ਹੀ ਜਿਹੜਾ ਹੈ ਸੰਤਰੀ ਸਵਾਲ ਜਵਾਬ ਕਰਕੇ ਬਾਹਰ ਹੀ ਪਜਾ ਦਿੰਦਾ ਵੀ ਤਾਂ ਜੋ ਥਾਣੇ ਤੱਕ ਨਾ। ਮੈਂ ਇੱਕ ਆਮ ਆਦਮੀ ਦੀ ਲੜਾਈ ਲੜੀ ਸੀਗੀ। ਡਰ ਨਹੀਂ ਲੱਗਦਾ ਤੁਹਾਨੂੰ? ਸਰ ਮੈਨੂੰ ਇੱਕ ਪਤਾ ਹੈਗਾ, ਮੈਂ ਮਰਨਾ ਇੱਕ ਦਿਨ ਨੇ, ਜੇ ਅੱਜ ਹਰਪ੍ਰੀਤ ਇਨਸਾਫ਼ ਤੋਂ ਬਿਨਾਂ ਮਰ ਗਿਆ ਨਾ, ਮਰੇ ਪੈ ਦੀ ਆਤਮਾ ਹਰਪ੍ਰੀਤ ਨੂੰ ਧਿਕਾਰੂਗੀ। ਹਰਪ੍ਰੀਤ ਤੂੰ ਪੜ੍ਹਿਆ ਲਿਖਿਆ ਸੀ, ਤੂੰ ਸੰਵਿਧਾਨ ਦਾ ਗਿਆਤਾ ਸੀ, ਤੂੰ ਲੋਕਾਂ ਦੀ ਲੜਾਈ ਲੜਨ ਵਾਲਾ ਸੀ, ਤੂੰ ਆਪਦੀ ਖੁਦ ਲੜਾਈ ਲੜੇ ਬਗੈਰ ਹਾਰ ਗਿਆ, ਅਤੇ ਮੇਰੀ ਆਤਮਾ ਧਿਕਾਰੂਗੀ। ਹਰਪ੍ਰੀਤ ਆਪਣੀ ਆਤਮਾ ਨੂੰ ਧਿਕਾਰ ਕੇ ਮਰਨ ਵਾਲਾ ਬੰਦਾ ਨਹੀਂ, ਇਨਸਾਫ਼ ਲੈ ਕੇ ਮਰੂਗਾ। ਹਾਂ ਮੈਨੂੰ ਪਤਾ ਹੈ ਹਰਪ੍ਰੀਤ ਤੂੰ ਮਰਨ ਵਾਸਤੇ ਬੈਠੇ ਬੈਠਿਆ, ਮੇਰੇ ਕੇਸ 'ਚ ਇੱਕ ਸਿਪਾਹੀ ਤੋਂ ਲੈ ਕੇ ਸਿਪਾਹੀ, ਮੁਨਸ਼ੀ, ਤਫਸ਼ੀਸ਼ੀ, SHO, SHO ਤੋਂ ਬਾਅਦ DSP, DSP ਤੋਂ SP ਰੈਂਕ, SP ਤੋਂ ਲੈ ਕੇ SSP ਰੈਂਕ, ਅੱਜ ਦੇ ਟਾਈਮ 'ਚ ਸਿਰਫ 3 ਬੰਦੇ ਨੂੰ ਹੀ ਹੋਇਆ, ਇਹ ਬਾਕੀ ਜਿਹੜੇ ਬੰਦੇ ਬਚੇ ਇਹਨਾਂ ਦੀ ਵੀ ਲਾਪਰਵਾਹੀ ਹੈ ਕਿਸੇ ਨਾ ਕਿਸੇ ਸਟੇਜ 'ਤੇ। ਮੈਂ ਇਹਨਾਂ ਬੰਦਿਆਂ ਦੇ ਖਿਲਾਫ਼ ਵੀ ਮੈਂ ਜਾਊਂਗਾ, ਇਹ ਨਹੀਂ ਵੀ SSP ਦੇ ਧਿਆਨ 'ਚ ਮਸਲਾ ਹੋਵੇ ਤਾਂ SSP ਇੰਨੀ ਦੇਰ ਦਾ ਹੋਵੇ, ਤਾਂ SSP ਆਪਦੇ ਥਰਡਿਆਂ ਨੂੰ ਕਿਸੇ ਗੱਲ ਲੈਣਾ। ਮੈਨੂੰ ਪਤਾ ਵੀ ਪੁਲਿਸ ਮੇਰੇ ਅੱਗੇ ਪਿੱਛੇ ਫਿਰਦੀ ਹੈ, ਪਰ ਮੈਨੂੰ ਪਤਾ ਵੀ ਰੱਬ ਨੇ ਜਿੰਦੀ ਜ਼ਿੰਦਗੀ ਦਿੱਤੀ ਉਨੀ ਹੀ ਭੋਗਣੀ, ਪਰ ਡਰ ਕੇ ਨਹੀਂ ਭੋਗਾਂਗਾ, ਅਣਖ ਨਾਲ ਜੀਵਾਂਗਾ ਜਿੰਨਾ ਚਿਰ ਜੀਵਾਂਗਾ। ਬਹੁਤ ਧੰਨਵਾਦ। ਸੋ ਇਹ ਦੋਸ਼ ਨੇ ਇਹਨਾਂ ਦੇ, ਔਰ ਇਹ ਕਹਿ ਰਹੇ ਕਿ ਮੈਂ ਆਪਣੀ ਲੜਾਈ ਜਿਹੜੀ ਹੈ ਇਹ ਲੜਦਾ ਰਹੂੰਗਾ ਔਰ ਪਿੱਛੇ ਨਹੀਂ ਹਟੂੰਗਾ।
ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲੁਧਿਆਣਾ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।